ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਰਲੀ ਮੋਰਨਿੰਗ ਦਾ ਟਾਈਮ ਆ ਔਰ ਸਭ ਨੂੰ ਗੁੱਡ ਮੋਰਨਿੰਗ। ਲਓ ਜੀ, ਟਾਈਮ ਇੱਥੇ ਹੋ ਗਿਆ 4:30 ਦਾ, ਦਿਨ ਹੋ ਗਿਆ ਜੀ ਐਤਵਾਰ ਦਾ। ਬਹੁਤ ਹਨੇਰਾ ਹੁੰਦਾ 4:30 ਵਜੇ ਵੀ। ਅਤੇ ਇਸ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਵਾਲਾ ਵਲੋਗ ਤੁਸੀਂ ਪੂਰਾ ਜ਼ਰੂਰ ਦੇਖਿਓ ਜੀ, ਕਿਉਂਕਿ ਵਲੋਗ ਆਪਣਾ ਬਣ ਜਾ ਰਿਹਾ ਬਹੁਤ ਹੀ ਵਧੀਆ ਜੀ। ਅਤੇ ਹਨੇਰਾ ਕਾਫੀ ਹੈ ਅਤੇ ਮੈਂ ਇੱਧਰ ਜਿਹੜੇ ਕੰਮ ਕਾਜ ਆਪਦੇ ਸ਼ੁਰੂ ਕਰ ਲਏ ਆ, ਮੈਂ ਇੱਧਰ ਕੱਪੜੇ ਵੀ ਧੋਣੇ ਸ਼ੁਰੂ ਕਰਤੇ ਆ, ਮਸ਼ੀਨ ਦੇ ਵਿੱਚ ਕੱਪੜੇ ਵੀ ਪਾਤੇ ਆ, ਅਤੇ ਇੱਧਰ ਮੈਂ ਜਿਹੜੀ ਫਰਸ਼ ਧੋਣੀ ਸੀਗੀ ਉਹ ਵੀ ਧੋਤੀ ਆ। ਮੈਂ ਕਿਹਾ ਚਲੋ ਸਵੇਰੇ ਸਵੇਰੇ ਕੰਮ ਨਿਬੇੜ ਦਿੰਦੀ ਹਾਂ, ਕਿਉਂਕਿ ਸਵੇਰੇ ਸਵੇਰੇ ਕੋਈ ਉੱਠਿਆ ਨਹੀਂ ਹੁੰਦਾ ਤਾਂ ਕੰਮ ਛੇਤੀ ਨਿਬੜਦਾ ਆ। ਇਸ ਕਰਕੇ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾ ਕੇ ਉਸ ਤੋਂ ਬਾਅਦ ਇਹ ਫਰਸ਼ ਧੋਣੀ ਸੀਗੀ, ਇਹ ਵੀ ਧੋਤੀ। ਹਾਲਾਂਕਿ ਪਾਣੀ ਹੋ ਗਿਆ ਵਿਹੜੇ ਦੇ ਵਿੱਚ, ਅਤੇ ਇੱਧਰ ਜਿਹੜੇ ਮਸ਼ੀਨ ਦੇ ਵਿੱਚ ਕੱਪੜੇ ਆਪਣੇ ਜਿਹੜੇ ਧੋ ਹੋ ਜਾਂਦੇ ਆ, ਬਾਕੀ ਜਿਹੜੇ ਨਾਲ ਨਾਲ ਮੈਂ ਸਾਰੇ ਜਿਹੜੇ ਵਿੱਚ ਵੀ ਹੋਰ ਕੱਢਤੇ ਸੀਗੇ। ਉਹ ਜੀ, ਟਾਈਮ ਹੋ ਗਿਆ 9:00 ਦਾ, ਅਤੇ ਹੁਣ ਆਪਾਂ ਤਿਆਰ ਹੋ ਗਏ ਸੀਗੇ। ਆਪਾਂ ਜਾ ਰਹੇ ਸੀਗੇ ਅੱਜ ਪਿੰਡ ਵਿੱਚ ਖੰਡ ਪਾਠ 'ਤੇ, ਅਤੇ ਖੰਡ ਪਾਠ ਦਾ ਭੋਗ ਹੈ ਜੀ, ਉੱਥੇ ਜਾ ਰਹੇ ਹਾਂ, ਅਤੇ ਮੈਂ ਤਾਂ ਰਾਜਵਿੰਦਰ ਜਾ ਰਹੇ ਹਾਂ। ਹੁਣ ਆਪਾਂ ਹੋ ਗਏ ਸੀਗੇ ਤਿਆਰ, ਚਲੋ ਜੀ ਚੱਲਦੇ ਹਾਂ ਫਿਰ ਖੰਡ ਪਾਠ 'ਤੇ, ਮਿਲਦੇ ਹਾਂ ਉੱਥੇ। ਚਲੋ ਜੀ, ਇਹ ਵਾਲਾ ਘਰ ਆ ਗਿਆ ਆਪਾਂ, ਜਿੱਥੇ ਪਹੁੰਚੇ ਆਪਾਂ ਖੰਡ ਪਾਠ ਦੇ ਭੋਗ 'ਤੇ।
ਦਰਖਤ ਕਾਹਦਾ ਲਾ ਰੱਖਿਆ ਮਸੂੜਿਆਂ ਦਾ ਔਲਿਆਂ ਦਾ ਵਧੀਆ ਲੱਗੇ ਹੋਏ ਆਪਣੇ ਵੀ ਲਾਉਣਾ ਚਾਹੀਦਾ। ਚਲੋ ਜੀ ਹੁਣ ਚੱਲਦੇ ਹਾਂ ਘਰੇ। ਲਓ ਜੀ ਖੰਡ ਪਾਠ ਤੋਂ ਆਉਣ ਤੋਂ ਬਾਅਦ ਆਪਾਂ ਥੋੜ੍ਹਾ ਟਾਈਮ ਕਰ ਲਿਆ ਰੈਸਟ ਅਤੇ ਹੁਣ ਕੋਈ ਗੈਸਟ ਆ ਗਏ ਸੀ ਉਹਨਾਂ ਨੂੰ ਚਾਹ ਫੜਾ ਕੇ ਆਈ ਸੀਗੀ ਬਣਾ ਕੇ ਅਤੇ ਇੱਧਰ ਜਿਹੜੇ ਕੱਪੜੇ ਸੁੱਕ ਗਏ ਉਹ ਸਮੇਟਦੀ ਹਾਂ ਅਤੇ ਉਸ ਤੋਂ ਬਾਅਦ ਇਹ ਬੱਚਿਆਂ ਦੀਆਂ ਨੋਟਬੁੱਕਸ ਲਈਆਂ ਪਈਆਂ ਸੀ ਇਹ ਬਣਾਉਣੇ ਆ ਟੈਸਟ ਕਿਉਂਕਿ ਅੱਜ ਸੰਡੇ ਆ। ਮੈਂ ਕਿਹਾ ਚਲੋ ਸੰਡੇ ਨੂੰ ਥੋੜ੍ਹਾ ਟਾਈਮ ਮਿਲ ਜੂਗਾ, ਜ਼ਿਆਦਾ ਟਾਈਮ ਤਾਂ ਮਿਲਦਾ ਨਹੀਂ ਗਾ, ਅੱਧਾ ਦਿਨ ਤਾਂ ਚਲਾ ਗਿਆ ਅਤੇ ਫਿਰ ਉਸ ਤੋਂ ਬਾਅਦ ਕਿਚਨ ਦੇ ਕੰਮ ਕਾਜ ਹੋ ਜਾਣੇ ਤਾਂ ਮੈਂ ਬੱਚਿਆਂ ਦੇ ਟੈਸਟ ਬਣਾਉਂਗੀ। ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਇੱਥੇ ਸਾਰੀ ਖਲਾਰਾ ਚੱਕਦੇ ਹਾਂ ਜਿਹੜਾ ਪਿਆ ਆ ਅਤੇ ਤੁਸੀਂ ਬਣੇ ਰਹੋ ਵਲੋਗ ਦੇ ਵਿੱਚ। ਟਾਈਮ ਹੋ ਗਿਆ ਜੀ ਸ਼ਾਮ ਦੇ 6 ਵਜੇ ਦਾ ਅਤੇ ਹੁਣ ਮੈਂ ਕੱਪੜੇ ਪ੍ਰੈੱਸ ਕਰਕੇ ਹਟੀ ਸੀ, ਜਿਹੜੇ ਸੰਭਾਲਣ ਵਾਲੇ ਸੀ ਸਾਰੇ ਸੰਭਾਲੇ, ਬੱਚਿਆਂ ਦੇ ਟੈਸਟ ਬਣਾਏ ਅਤੇ ਰਸੋਈ ਦਾ ਕੰਮ ਹਜੇ ਸਾਰਾ ਪਿਆ, ਸਬਜ਼ੀ ਵਗੈਰਾ ਬਣਾਉਣੀ ਆ। ਸਬਜ਼ੀ ਮੰਮੀ ਨੇ ਕੱਟਤੀ ਆ ਅਤੇ ਮੰਮੀ ਗਏ ਹੁਣ ਉੱਧਰ ਮਰਗ ਵਾਲੇ ਘਰ ਗਏ ਹੋਏ ਆ ਉੱਧਰ ਤਾਇਆ ਜੀ ਕੇ ਘਰ ਹੈ ਨਾ, ਅਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਵੀ ਫਿਰ ਡੇਲੀ ਆਪਦੇ ਘਰ ਆ ਜਾਣਾ ਹੀ ਹੁੰਦਾ ਆ ਉੱਧਰ, ਅਤੇ ਹੁਣ ਆਉਣ ਵਾਲੇ ਹੀ ਆ ਜੀ ਅਤੇ ਮੈਂ ਕਰਦੀ ਹਾਂ ਰਸੋਈ ਦੇ ਕੰਮ ਕਾਜ ਸਾਰੇ। ਅੱਜ ਵਾਲੇ ਵਲੋਗ ਦਾ ਆਪਾਂ ਐਂਡ ਕਰਦੇ ਹਾਂ। ਵਲੋਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਮਿਲਾਂਗੇ ਕੱਲ੍ਹ ਇੱਕ ਨਵੇਂ ਵਲੋਗ ਦੇ ਨਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।